ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਇਹ 71 ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਹਨ ਸਾਡੇ ਚੈਨਲ ਸਿੱਖ ਇਤਿਹਾਸ ਨਾਲ ਜੁੜੀ ਸਮੂਹ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਭਾਈ ਤਾਰੂ ਸਿੰਘ ਜੀ ਬਾਰੇ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਲਿਬਾਉਣ ਵਾਲੇ ਭਾਈ ਤਾਰੂ ਸਿੰਘ ਜੀ ਦਾ ਜਨਮ 1720 ਈਸਵੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਪੂਲਾ ਪਿਤਾ ਭਾਈ ਜੋਧ ਸਿੰਘ ਤੇ ਮਾਤਾ ਬੀਬੀ ਧਰਮਕੌਰ ਦੇ ਘਰ ਵਿਖੇ ਹੋਇਆ ਭਾਈ ਤਾਰੂ ਸਿੰਘ ਦੇ ਪਿਤਾ ਭਾਈ ਜੋਧ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਜੰਗ ਲੜਦਿਆਂ ਮਾਲਵੇ ਵਿੱਚ ਸ਼ਹੀਦ ਹੋਏ ਸੀ। ਜਦੋਂ ਭਾਈ ਤਾਰੂ ਸਿੰਘ ਜੀ ਨੇ ਸੁਰਤ ਸੰਭਾਲੀ ਤਾਂ ਉਸ ਸਮੇਂ ਜ਼ਿਆਦਾਤਰ ਸਿੱਖ ਹਕੂਮਤ ਤੋਂ ਓਲੇ ਪਹਾੜਾਂ ਤੇ ਜੰਗਲਾਂ ਵਿੱਚ ਰਹਿੰਦੇ ਸਨ। ਭਾਈ ਤਾਰੂ ਸਿੰਘ ਜੀ ਖੇਤੀ ਕਰਦੇ ਸਨ ਤੇ ਬਾਕੀ ਜੰਗਲਾਂ ਵਿੱਚ ਰਹਿਣ ਵਾਲੇ ਸਿੱਖਾਂ ਦੇ ਵੀ ਖੇਤਾਂ ਸੰਭਾਲਦੇ ਸਨ। ਆਪਣੇ ਗੁਜ਼ਾਰੇ ਜੁਗਾ ਰੱਖ ਕੇ ਬਾਕੀ ਜੰਗਲਾਂ ਵਿੱਚ ਸਿੱਖ ਪਰਿਵਾਰਾਂ ਨੂੰ ਪਹੁੰਚਾ ਦਿੰਦੇ ਸਨ। ਜਿੰਨੂੰ ਵੀ ਕਿਸੇ ਨੂੰ ਛੋਟੀ ਵੱਡੀ ਸਹਾਇਤਾ ਦੀ ਲੋੜ ਹੁੰਦੀ ਉਹ ਵਿੱਚ ਜਗ ਹੋ ਕੇ ਭਾਈ ਤਾਰੂ ਸਿੰਘ ਦਾ ਦਰ ਖੜਕਾ ਦਿੰਦਾ ਸੀ। ਪੋਦਾਂ ਮਹੀਨਾ ਠੰਡੀ ਰਾਤ ਨੂੰ ਇੱਕ ਬਜ਼ੁਰਗ ਨੇ ਭਾਈ ਤਾਰੂ ਸਿੰਘ ਦਾ ਬੂਹਾ ਖੜਕਾਇਆ ਭਾਈ ਤਾਰੂ ਸਿੰਘ ਦੇ ਘਰ ਬੇਸਾਰਾਂ ਤੇ ਗਰੀਬਾਂ ਵਾਸਤੇ ਲੰਗਰ ਚੱਲਦਾ ਰਹਿੰਦਾ ਸੀ ਭਾਈ ਸਾਹਿਬ ਨੇ ਬਜ਼ੁਰਗ ਨੂੰ ਲੰਗਰ ਛਕਾਇਆ ਤੇ ਪੁੱਛਿਆ ਤੁਸੀਂ ਕੌਣ ਹੋ ਉਸ ਬਜ਼ੁਰਗ ਦਾ ਨਾਮ ਸੀ ਰਹੀਮ ਬਖਸ਼ ਜੋ ਕਿ ਇਸਲਾਮ ਧਰਮ ਦਾ ਧਾਰਮੀ ਸੀ ਰਹੀਮ ਬਖਸ਼ ਭਾਈ ਤਾਰੂ ਸਿੰਘ ਸਾਹਮਣੇ ਰੋ ਪਿਆ ਤੇ ਬੋਲਿਆ ਪੱਟੀ ਦਾ ਚੌਧਰੀ জাফর ਬੇਗ ਦਿੰਦੇਹਾੜੇ ਮੇਰੀ ਧੀ ਨੂੰ ਚੁੱਕ ਕੇ ਲੈ ਗਿਆ ਤੇ ਬੋਲਿਆ ਸਮਝਾ ਲੈ ਆਪਣੀ ਧੀ ਨੂੰ ਕਿ ਮੇਰੇ ਨਾਲ ਨਿਕਾਹ ਕਰ ਲਵੇ ਨਹੀਂ ਤਾਂ ਹਸ਼ਰ ਮਾੜਾ ਹੋਵੇਗਾ ਮੈਂ ਜਕਰੀਆ ਖਾਨ ਕੋਲ ਵੀ ਗਿਆ ਸੀ ਪਰ ਉਹਦੇ ਲਈ ਆਵਾਮ ਦੀਆਂ ਤਕਲੀਫਾਂ ਨਾਲੋਂ ਆਪਣਾ ਰਾਜ ਵੱਧ ਅਹਿਮਤ ਰੱਖਦਾ ਉਹ ਆਪਣੇ ਚੌਧਰੀਆਂ ਨਾਲ ਵਿਗਾਰਨਾ ਨਹੀਂ ਚਾਹੁੰਦਾ ਫਿਰ ਮੇਰੀ ਧੀ ਦੀ ਕਹੀ ਗੱਲ ਮੈਨੂੰ ਚੇਤੇ ਆ ਗਈ ਕਿ ਜੇ ਹਾਕਮਾਂ ਤੋਂ ਨਿਆਂ ਨਾ ਮਿਲੇ ਤਾਂ ਤੁਸੀਂ ਕਿਸੇ ਸਿੱਖ ਕੋਲ ਚਲੇ ਜਾਣਾ ਉਹ ਆਪਾਂ ਨੂੰ ਨਿਆਂ ਜ਼ਰੂਰ ਦਿਵਾਉਣਗੇ ਕੱਲ ਸਵੇਰੇ ਨੇ ਕਾਹ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ ਭਾਈ ਤਾਰੂ ਸਿੰਘ ਸਭ ਕੁਝ ਸੁਣਨ ਤੋਂ ਬਾਅਦ ਫਰਮਾਏ ਕੋਈ ਗੱਲ ਨਹੀਂ ਬਾਪੂ ਜੀ ਸਾਡੇ ਕੋਲ ਅਜੇ ਪੂਰੀ ਰਾਤ ਬਾਕੀ ਤੁਸੀਂ ਬੈਠੋ ਮੈਂ ਹੁਣੇ ਆਉਂਦਾ ਹਾਂ ਭਾਈ ਸਾਹਿਬ ਪ੍ਰਸ਼ਾਦਿਆਂ ਦਾ ਟੋਕਰਾ ਚੱਕ ਕੇ ਜੰਗਲਾ ਵਿੱਚ ਪਹੁੰਚ ਗਏ ਜਿੱਥੇ ਸਿੰਘਾਂ ਦਾ ਜੱਤਾ ਹਰ ਰੋਜ਼ ਦੀ ਤਰ੍ਹਾਂ ਪ੍ਰਸ਼ਾਦਿਆਂ ਦੀ ਡੀਕ ਕਰ ਰਿਹਾ ਸੀ ਭਾਈ ਤਾਰੂ ਸਿੰਘ ਨੇ ਸਾਰੀ ਗੱਲ ਸਿੰਘਾਂ ਨੂੰ ਸੁਣਾਈ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਰਹੀ ਬਖਸ਼ ਨੂੰ ਨਾਲ ਲੈ ਕੇ ਨਿਕਲ ਪਏ ਤੇ ਪੱਟੀ ਦੇ ਕਿਲੇ ਲਾਗੇ ਘੋੜੇ ਠੱਲੇ ਪਹਿਲਾ ਬਾਪੂ ਨੂੰ ਅੱਗੇ ਭੇਜਿਆ ਜਦ ਕਿਲੇ ਦੇ ਅੱਗੇ ਜਾ ਕੇ ਬਾਪੂ ਨੇ ਆਵਾਜ਼ ਮਾਰੀ ਤਹਿਲਕਾਰਾਂ ਨੇ ਪੁੱਛਿਆ ਕੌਣ ਹੈ ਤਾਂ ਬਾਪੂ ਨੇ ਕਿਹਾ ਮੈਂ ਉਹ ਬਦਨਸੀਬ ਧੀ ਦਾ ਬਾਪ ਹਾਂ ਮੈਂ ਆਪਣੀ ਧੀ ਨੂੰ ਨਿਕਾਹ ਕਰਾਉਣ ਲਈ ਤਰਲਾ ਕਰਨ ਆਇਆ ਹਾਂ ਤਾਂ ਤਹਿਲਕਾਰਾਂ ਨੇ ਬੇਚਿਜ ਹੋ ਕੇ ਬਾਪੂ ਨੂੰ ਅੰਦਰ ਜਾਣ ਦਿੱਤਾ ਇੰਨੇ ਨੂੰ ਸਿੰਘਾਂ ਦਾ ਜੱਥਾ ਜੇਕਰੇ ਛੜਦਾ ਅੰਦਰ ਆਵੜਿਆ ਤੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ ਕਿਲੇ ਦੇ ਹਲਕਾਰ ਕੁਝ ਸਮਝ ਪਾਉਂਦੇ ਇਸ ਤੋਂ ਪਹਿਲਾਂ ਹੀ ਸਿੰਘਾਂ ਨੇ ਕਈਆਂ ਦਾ ਸੌਦਾ ਲਾ ਦਿੱਤਾ ਸੀ ਤੇ ਪਿਓ ਧੀ ਨੂੰ ਲੈ ਕੇ ਸੁਰੱਖਿਅਤ ਜਗ੍ਹਾ ਪਹੁੰਚਾ ਦਿੱਤਾ ਪੱਟੀ ਦਾ ਚੌਧਰੀ জাফর ਬੇਗ ਜ਼ਕਰੀਆ ਖਾਨ ਦਾ ਰਿਸ਼ਤੇਦਾਰ ਸੀ ਜ਼ਕਰੀਆ ਖਾਨ ਮੀਰ ਮੰਨੂ ਦਾ ਪਣਵਈਆ ਸੀ ਚੌਧਰੀ জাফর ਬੇਗ ਕੱਲਾ ਪੱਟੀ ਦਾ ਚੌਧਰੀ ਨਹੀਂ ਸੀ ਉਹਦੀ ਦਿੱਲੀ ਤੱਕ ਪੂਰੀ ਪਹੁੰਚ ਸੀ ਤੇ ਜ਼ਕਰੀਆ ਖਾਨ ਆਪ ਵੀ ਸਿੱਖਾਂ ਤੋਂ ਲੱਗਦਾ ਸੀ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ 10000 ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਵਾਇਆ ਸੀ ਸਿੱਖਾਂ ਵੱਲੋਂ ਉਹਦੇ ਰਿਸ਼ਤੇਦਾਰ ਦੀ ਕੀਤੀ ਬੇਇੱਜ਼ਤੀ ਤੋਂ ਹੁਣ ਉਹਦਾ ਖੂਨ ਉਬਾਲੇ ਮਾਰਿਆ ਸੀ ਉਸਨੇ ਉਸੇ ਵਕਤ ਆਪਣੇ ਮੰਤਰੀਆਂ ਨੂੰ ਬੁਲਾਇਆ ਤੇ ਤਹਿਕੀਕਾਤ ਕਰਨ ਨੂੰ ਕਿਹਾ ਕਿ ਉਸ ਰਾਤ ਕੌਣ ਬੰਦੇ ਸਨ ਪਤਾ ਕਰੋ ਕੁਝ ਦਿਨਾਂ ਬਾਅਦ ਹਰ ਭਗਤ ਨਿਰੰਜਰੀਆਂ ਨਾਮ ਦਾ ਗੱਦਾਰ ਆਇਆ ਉਸਨੇ ਸਾਰਾ ਚਿੱਠਾ ਜਕਰੀਆ ਖਾਨ ਅੱਗੇ ਖੋਲ ਦਿੱਤਾ ਇਸ ਗੱਦਾਰ ਦੇ ਦੱਸੇ ਤੇ ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਅਗਲੇ ਦਿਨ ਗੁਰੂ ਦੇ ਸਿੱਖ ਨੂੰ ਕਚਹਿਰੀ ਚ ਪੇਸ਼ ਕੀਤਾ ਜਾਣਾ ਰਾਤ ਨੂੰ ਸਿੰਘਾਂ ਦੇ ਜਥੇ ਇੱਕ ਜਗ੍ਹਾ ਇਕੱਠੇ ਹੋਏ ਭਾਈ ਤਾਰੂ ਸਿੰਘ ਨੂੰ ਛਡਾਉਣ ਦੀ ਯੋਜਤ ਬਣਾਈ ਪਰ ਭਾਈ ਤਾਰੂ ਸਿੰਘ ਨੇ ਇਸ ਤਰ੍ਹਾਂ ਪਿੱਠ ਵਿਖਾ ਕੇ ਭੱਜਣ ਤੋਂ ਇਨਕਾਰ ਕਰ ਦਿੱਤਾ ਭਾਈ ਸਾਹਿਬ ਨੂੰ ਜਕਰੀਆ ਖਾਨ ਅੱਗੇ ਪੇਸ਼ ਕੀਤਾ ਗਿਆ ਦੌਲਤ ਸ਼ੋਹਰਤ ਤੇ ਦੁਨੀਆਵੀ ਸੁੱਖਾਂ ਦੇ ਪ੍ਰਸਤਾਵ ਪੇਸ਼ ਕੀਤੇ ਗਏ ਪਰ ਭਾਈ ਤਾਰੂ ਸਿੰਘ ਨੇ ਇਸਲਾਮ ਕਬੂਲ ਕਰਨ ਤੋਂ ਮਨ੍ਹਾ ਕਰ ਦਿੱਤਾ ਭਾਈ ਤਾਰੂ ਸਿੰਘ ਦੇ ਮਨ੍ਹਾ ਕਰਨ ਤੇ ਖੋਪਰ ਲਾਉਣ ਦੀ ਸਜ਼ਾ ਜਾਰੀ ਕੀਤੀ ਗਈ ਕੁਝ ਇਤਿਹਾਸਕਾਰਾਂ ਤੋਂ ਪਤਾ ਚੱਲਦਾ ਹੈ ਕਿ ਪਹਿਲਾ ਜ਼ਕਰੀਆ ਖਾਨ ਨੇ ਭਾਈ ਸਾਹਿਬ ਦੇ ਕੇਸ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦ ਕੇਸ ਕਤਲ ਨਹੀਂ ਕਰ ਪਾਇਆ ਤਾਂ ਖੋਪਰ ਲਾਉਣ ਦਾ ਹੁਕਮ ਜਾਰੀ ਕਰ ਦਿੱਤਾ ਸੀ ਤੇ ਕੁਝ ਇਤਿਹਾਸਕਾਰ ਦੱਸਦੇ ਹਨ ਕਿ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਕਿਹਾ ਕਿ ਤੁਹਾਡੇ ਗੁਰੂ ਸਾਹਿਬਾਨ ਤੇ ਸਿੰਘਾਂ ਤੋਂ ਜੋ ਕੁਝ ਮੰਗਿਆ ਜਾਵੇ ਉਹ ਮਿਲਦਾ ਹੈ ਇਹ ਸਹੀ ਗੱਲ ਹੈ ਤਾਂ ਭਾਈ ਸਾਹਿਬ ਨੇ ਮੁਸਕੁਰਾਉਂਦੇ ਕਿਆ ਹਾਂ ਦੱਸ ਕੀ ਚਾਹੀਦਾ ਹੈ ਤੈਨੂੰ ਤਾਂ ਜ਼ਕਰੀਆ ਖਾਨ ਨੇ ਕਿਹਾ ਤੁਹਾਡੇ ਕੇਸ ਭਾਈ ਸਾਹਿਬ ਨੇ ਕਿਹਾ ਕੇਸ ਮਿਲਣਗੇ ਪਰ ਕਤਲ ਹੋਏ ਨਹੀਂ ਖੋਪਰ ਸਮੇਤ ਇਹ ਸੁਣ ਕੇ ਜਕਰਿਆ ਖਾਨ ਅਗ ਬਬੁੱਲਾ ਹੋ ਗਿਆ ਅਜੇ ਵੀ ਇਤਿਹਾਸਕਾਰ ਮੁਕੰਮਲ ਜਾਣਕਾਰੀ ਵਿੱਚ ਲੱਗੇ ਹੋਏ ਸੋ ਤੈ ਕੀਤੇ ਗਏ ਫਤਵੇ ਮੁਤਾਬਕ ਭਾਈ ਤਾਰੂ ਸਿੰਘ ਜੀ ਨੂੰ ਸਜ਼ਾ ਦੇਣ ਲਈ ਲਾਹੌਰ ਦੇ ਨਿਕਾਸ ਚੌਂਕ ਵਿੱਚ ਲਿਆਂਦਾ ਗਿਆ 1 ਜੁਲਾਈ 1745 ਨੂੰ ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਗਿਆ ਭਾਈ ਤਾਰੂ ਸਿੰਘ ਜੀ ਜ਼ਮੀਨ ਤੇ ਬੈਠੇ ਨਾਮ ਜਪ ਰਹੇ ਸਨ ਜਲਾਦ ਨੇ ਇੱਕ ਪਾਸੇ ਰੰਬੀ ਖਬੋ ਕੇ ਖੋਪਰੀ ਨੂੰ ਤਾਂਚ ਨੂੰ ਚੁੱਕਿਆ ਫਿਰ ਦੂਜੇ ਪਾਸੇ ਰੰਬੀਖ ਭੋਕੇ ਕੇਸਾ ਸਮੇਤ ਖੋਪਰ ਲਾ ਕੇ ਅਲੱਗ ਕਰ ਦਿੱਤਾ ਭਾਈ ਤਾਰੂ ਸਿੰਘ ਦਾ ਮੁਖ ਲਹੂ ਨਾਲ ਭਰ ਗਿਆ ਸੀ ਜਮੀਨ ਤੇ ਡੋਲ ਬੈਠੇ ਬਿਨਾ ਖੋਪਰ ਤੋਂ ਭਾਈ ਤਾਰੂ ਸਿੰਘ ਨਾਮ ਜਪ ਰਹੇ ਸਨ ਇਹ ਸਭ ਕੁਝ ਹੋਣ ਤੋਂ ਬਾਅਦ ਵੀ ਅਜੇ ਉਹਨਾਂ ਦੀ ਸ਼ਹੀਦੀ ਨਹੀਂ ਸੀ ਹੋਈ ਉਸ ਦਾ ਕਾਰਨ ਇਹ ਸੀ ਕਿ ਜਦੋਂ ਭਾਈ ਤਾਰੂ ਸਿੰਘ ਨੂੰ ਜਕਰਿਆ ਖਾਨ ਦੀ ਕਚਹਿਰੀ ਪੇਸ਼ ਕੀਤਾ ਗਿਆ ਸੀ ਤਾਂ ਜਕਰਿਆ ਖਾਨ ਨੇ ਭਾਈ ਸਾਹਿਬ ਨੂੰ ਕਿਹਾ ਸੀ ਕਿ ਤੂੰ ਮੂਰਖ ਹੈ ਜਿੰਨੇ ਇੰਨਾ ਧਨ ਦੌਲਤ ਕਬੂਲ ਕਰਨ ਤੋਂ ਮਨਾ ਕਰ ਦਿੱਤਾ ਜੀ ਕਰਦਾ ਤੇਰੇ ਜੇ ਮੂਰਖ ਦੇ ਸਿਰ ਤੇ ਜੁੱਤੀ ਮਾਰਾਂ ਭਾਈ ਤਾਰੂ ਸਿੰਘ ਨੇ ਕਿਹਾ ਸੀ ਫਿਕਰ ਨਾ ਕਰ ਜ਼ਕਰੀਆ ਖਾਨ ਮੇਰੀਆਂ ਜੁੱਤੀਆਂ ਖਾ ਖਾ ਕੇ ਹੀ ਤੈਨੂੰ ਮੁਕਤੀ ਮਿਲੇਗੀ ਇੱਧਰ ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਗਿਆ ਉੱਧਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਬੜੇ ਵੱਡੇ ਵੱਡੇ ਵੈਦ ਹੱਥ ਖੜੇ ਕਰ ਗਏ ਕਿਸੇ ਕਾਜੀ ਨੇ ਜ਼ਕਰੀਆ ਖਾਨ ਨੂੰ ਕਿਹਾ ਕਿ ਤੈਨੂੰ ਭਾਈ ਤਾਰੂ ਸਿੰਘ ਦਾ ਸ਼ਰਾਬ ਲੱਗਿਆ ਹੈ ਤੈਨੂੰ ਭਾਈ ਤਾਰੂ ਸਿੰਘ ਦੀ ਜੁੱਤੀ ਪੈਣ ਤੇ ਹੀ ਤੇਰਾ ਇਲਾਜ ਹੋ ਸਕਦਾ ਹੈ ਹੁਣ ਜਕਰੀਆ ਖਾਨ ਦਰਦ ਨਾਲ ਤੜਪ ਰਿਆ ਸੀ ਤੇ ਹੁਣ ਭਾਈ ਸੁਵੇਕ ਸਿੰਘ ਨੂੰ ਜਕਰੀਆ ਖਾਨ ਕੋਲ ਬੁਲਾਇਆ ਗਿਆ ਜਕਰੀਆ ਖਾਨ ਨੇ ਭਾਈ ਸੁਵੇਕ ਸਿੰਘ ਨੂੰ ਇਹ ਗੱਲ ਦੱਸੀ ਭਾਈ ਸੁਵੇਕ ਸਿੰਘ ਜੀ ਇੱਕ ਸੱਚੇ ਪੰਥ ਦਰਦੀ ਸਨ ਉਹ ਪਹਿਲਾਂ ਹੀ ਜਕਰੀਆ ਖਾਨ ਤੋਂ ਬਦਲਾ ਲੈਣਾ ਚਾਹੁੰਦੇ ਸਨ ਉਹ ਛੱਟ ਤਿਆਰ ਹੋ ਗਏ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਲਿਆਂਦੀਆਂ ਗਈਆਂ ਹੁਣ ਭਾਈ ਤਾਰੂ ਸਿੰਘ ਦੀ ਜੁੱਤੀ ਜਕਰੀਆ ਖਾਨ ਦੇ ਸਿਰ ਤੇ ਪੈਂਦੀ ਤਾਂ ਉਸ ਨੂੰ ਪਿਸ਼ਾਬ ਆਉਂਦਾ ਤਾਂ ਦਰਦ ਤੋਂ ਰਾਹਤ ਮਿਲਦੀ ਐਦਾਂ ਕਰਦੇ ਕਰਦੇ ਜਕਰੀਆ ਖਾਨ ਦਾ ਸਿਰ ਜ਼ਖਮਾਂ ਨਾਲ ਭਰ ਗਿਆ ਹੁਣ ਇੱਕ ਜੁੱਤੀ ਵੀ ਵੱਜਦੀ ਸੀ ਤਾਂ ਉਸ ਦੇ ਸਿਰ ਤੋਂ ਲਹੂ ਦੀ ਧਾਰ ਵਗ ਪੈਂਦੀ ਸੀ ਇਸੇ ਤਰ੍ਹਾਂ ਉਸ ਦੀ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਨੇ ਵੀ ਅੰਤਿਮ ਸੰਵਾਸ ਲਏ ਤੇ ਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਿਰਾਜੇ ਸੰਗਤ ਜੀ ਇਹ ਸੀ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਇਦਾਂ ਦੀਆਂ ਹੋਰ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ